ਲੜਕੀ ਨੇ ਖਾਣੀ ਨਹੀਂ ਮਾਂ ਦਾ ਪਰ ਕਿਸਾਨੀ ਨੇ ਖਾਣੀ ਨਹੀਂ ਦਿੱਲੀ ਦੇ ਬਾਰਡਰ ਤੇ ਯੂਧ ਰਹੇ ਉਹ ਕਿਸਾਨ ਮਜ਼ਦੂਰ ਸਾਰੇ ਭਰਾਵਾਂ ਨੂੰ ਸਮਰਪ ਤੇ ਰੈਲੀ ਬਚਾਏ ਸਾਰੇ ਵੀਰਾਂ ਭੈਣਾਂ ਨੂੰ ਜਿਹੜੇ ਅੱਜ ਉਹਨਾਂ ਕਿਸਾਨਾਂ ਦੀ ਪ੍ਰੇਰਨਾ ਦੇ ਲਈ ਮਦਦ ਦੇ ਲਈ ਅੱਜ ਨਿਊਜ਼ੀਲੈਂਡ ਦੇ ਵਿੱਚ ਆਪਲੈਂਡ ਦੇ ਵਿੱਚ ਜਿਹੜਾ ਇਕੱਠ ਦੇ ਵਿੱਚ ਆਪਣੀ ਹਾਜ਼ਰੀ ਭਰ ਰਹੇ ਉਹਨਾਂ ਨੂੰ ਸਲਾਮ ਹੈ ਭਾਵੇਂ ਸਾਡੀ ਗਿਣਤੀ ਇਸ ਵੇਲੇ ਥੋੜੀ ਆਸ ਨਾਲੋਂ ਘੱਟ ਹੈ ਪਰ ਇਹ ਨੋਟ ਕਰਿਓ ਕਿ ਕਹਿੰਦੇ ਇੱਕ ਜੰਗਲ ਨੂੰ ਅੱਗ ਲੱਗੀ ਸੀ ਜੰਗਲ ਨੂੰ ਅੱਗ ਲੱਗੀ ਸੀ ਹਰੇਕ ਜਾਨਵਰ ਉਹ ਜੰਗਲ ਨੂੰ ਬੁਝਾਉਣਾ ਚਾਹੁੰਦਾ ਸੀ ਪਾਣੀ ਪਾ ਕੇ ਤਾਂ ਉਸ ਵੇਲੇ ਇੱਕ ਚਿੜੀ ਚੁੰਝ ਆਪਣੀ ਚੁੰਝ ਵਿੱਚ ਪਾਣੀ ਭਰਦੀ ਤੇ ਜੰਗਲ ਤੇ ਜਾਂਦੀ ਆਪਣੀ ਕੋਸ਼ਿਸ਼ ਕਰ ਰਹੀ ਸੀ ਜਾਨਵਰਾਂ ਨੇ ਪੁੱਛਿਆ ਕਿ ਤੇਰੀ ਚੁੰਝ ਦਾ ਭਰਿਆ ਹੋਇਆ ਪਾਣੀ ਤਾਂ ਅੱਗ ਤੱਕ ਪਹੁੰਚਦਾ ਹੀ ਨਹੀਂ ਪਰ ਉਹ ਚਿੜੀ ਦਾ ਕੀ ਜਵਾਬ ਸੀ ਕਹਿੰਦੀ ਜਦੋਂ ਇਹ ਅੱਗ ਦਾ ਇਤਿਹਾਸ ਲਿਖਿਆ ਜਾਵੇਗਾ ਉਸ ਵੇਲੇ ਮੇਰਾ ਨਾਂ ਅੱਗ ਬਚਾਉਣ ਵਾਲਿਆਂ ਦੇ ਵਿੱਚ ਹੋਵੇਗਾ ਇਸ ਲਈ ਜਦੋਂ ਇਤਿਹਾਸ ਲਿਖਿਆ ਜਾਵੇਗਾ ਨਿਊਜ਼ੀਲੈਂਡ ਦਾ ਭਰਾਵੋ ਤੁਹਾਡਾ ਨਾਂ ਉਹਨਾਂ ਕਿਸਾਨਾਂ ਦੇ ਹੱਕ ਦੇ ਵਿੱਚ ਹਰ ਨਾਰਾ ਮਾਰਨ ਵਾਲੇ ਵਿੱਚ ਹੋਵੇਗਾ ਇਸ ਲਈ ਘਾਬਰਨਾ ਨਹੀਂ ਹਿੰਮਤ ਨੇ ਰੱਖਣੀ ਕਿਉਂਕਿ ਦੁਨੀਆਂ ਦੇ ਹਿੰਮਤ ਰੱਖਣੀ ਦੁਨੀਆਂ ਦੇ ਕੋਨੇ ਕੋਨੇ ਵਿੱਚ ਜਿੱਥੇ ਇੱਕ ਵੀ ਪੰਜਾਬੀ ਬੈਠਾ ਅੱਜ ਡਟ ਕੇ ਇਸ ਪ੍ਰਦਰਸ਼ਨ ਦੇ ਨਾਲ ਖੜਾ ਹੈ ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ ਐਵੇਂ ਭਰਮ ਹੈ ਸਾਡੇ ਕਾਤਲਾਂ ਨੂੰ ਅਸੀਂ ਹੋਵਾਂਗੇ 2004 ਲੋਕੋ ਉਹ ਗੋਲੀਆਂ ਨਾ ਆਉਂਦੀਆਂ ਹਾਂ ਮੁੱਕਣੀ ਨਹੀਂ ਐਡੀ ਲੰਮੀ ਹੈ ਸਾਡੀ ਕਤਾਰ ਲੋਕੋ ਐਡੀ ਲੰਮੀ ਹੈ ਸਾਡੀ ਕਤਾਰ ਲੋਕੋ ਬਿਲਕੁਲ ਇਹ ਜਿਹੜੀ ਕਤਾਰ ਹੈ ਦਿਨ ਦਿਨ ਇਹਦਾ ਕਾਫਲਾ ਵੱਧਦਾ ਜਾ ਰਿਹਾ ਕਿਉਂਕਿ ਪੰਜਾਬ ਉੱਠਿਆ ਸੀ ਪੰਜਾਬ ਦੇ ਨਾਲ ਹਰਿਆਣਾ ਉੱਠਿਆ ਹਰਿਆਣੇ ਦੇ ਨਾਲ ਯੂਪੀ ਉੱਠਿਆ ਰਾਜਸਥਾਨ ਉੱਠਿਆ ਕਰਨਾਟਕਾ ਉੱਠਿਆ ਆਂਧਰਾ ਉੱਠਿਆ ਮੱਧ ਪ੍ਰਦੇਸ਼ ਉੱਠਿਆ ਕਹਿੰਦੇ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਕਾਨਫਰੰਸਾਂ ਹੁੰਦੀਆਂ ਤਾਂ ਸੁਣੀਆਂ ਸੀ ਕਾਨਫਰੰਸਾਂ ਤਾਂ ਹੁੰਦੀਆਂ ਸੁਣੀਆਂ ਸੀ ਪਰ ਕਿਸਾਨ ਪੰਚਾਇਤ ਪਹਿਲੀ ਵਾਰੀ ਹੋਈ ਆ ਜਗਰਾਉਂ ਦੇ ਵਿੱਚ ਆਪਾਂ ਸਾਰਿਆਂ ਦੇ ਖੈਰ ਲੱਖਾਂ ਦਾ ਇਕੱਠ ਸੀ ਲੱਖਾਂ ਦਾ ਕਹਿੰਦੇ ਹਿੰਦੁਸਤਾਨ ਦੀ ਰਾਜਨੀਤੀ ਨੂੰ ਇਹ ਕਿਸਾਨ ਅੰਦੋਲਨ ਇੱਕ ਨਵਾਂ ਮੋੜ ਦੇਣ ਜਾ ਰਿਹਾ ਭਰਾਓ ਆਪਾਂ ਉਸ ਮੋੜ ਦੀ ਮਦਦ ਕਰਨੀ ਆ ਇਸ ਲਈ ਕਹਿੰਦੇ 200 ਤੋਂ ਉੱਪਰ ਜਿਹੜੇ ਸਾਡੇ ਕਿਸਾਨ ਭਰਾ ਸ਼ਹੀਦ ਹੋ ਗਏ ਉੱਥੇ 200 ਤੋਂ ਉੱਪਰ ਕਿਸਾਨ ਸਾਡੇ ਬਜ਼ੁਰਗ ਸਾਡੇ ਨੌਜਵਾਨ ਜਿਹਨਾਂ ਨੇ ਕੱਕਰਾਂ ਭਰੀਆਂ ਰਾਤਾਂ ਉੱਥੇ ਗੁਜ਼ਾਰੀਆਂ ਆਪਾਂ ਅਮੇਜਨ ਕਰਦੇ ਹਾਂ ਆਪਾਂ ਨਿਊਜ਼ੀਲੈਂਡ ਦੇ ਵਿੱਚ ਜਦੋਂ ਠੰਡ ਹੁੰਦੀ ਮਾਈਨਸ ਹੁੰਦਾ ਮੌਸਮ ਉਸ ਵੇਲੇ ਕੀ ਹਾਲ ਹੁੰਦਾ ਉਸ ਵੇਲੇ ਵੀ ਕਿਸਾਨ ਉੱਪਰੋਂ ਮੀਂਹ ਮੋਹਦਾਰ ਪੈ ਰਿਹਾ ਸੀ ਕੱਦੇ ਗਿੱਲੇ ਸੀ ਉਸ ਵੇਲੇ ਕਿਸਾਨ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਬੱਚੀਆਂ ਸਾਡੇ ਬਜ਼ੁਰਗ ਨੌਜਵਾਨ ਉਹਨਾਂ ਰਾਤਾਂ 'ਚ ਮੁਕਾਬਲਾ ਕਰਦੇ ਹੋਏ ਇਸ ਵੇਲੇ ਮੋਦੀ ਦੀ ਤਾਨੇਸ਼ਾਹੀ ਦਾ ਮੁਕਾਬਲਾ ਕਰ ਰਹੇ ਆ ਇਸ ਲਈ ਵੀਰੋ ਸਾਡਾ ਇਸ ਵੇਲੇ ਫਰਜ਼ ਬਣਦਾ ਕਿ ਉਹਨਾਂ ਦੇ ਨਾਲ ਡਟ ਕੇ ਖੜੀਏ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਮੈਂ 2-3 ਲਾਈਨਾਂ ਕਹਿ ਕੇ ਆਪਣੀ ਗੱਲਬਾਤ ਖਤਮ ਕਰਾਂਗਾ ਜਿੱਥੇ ਗਏ ਹੋ ਤੁਸੀਂ ਵੀ ਆਈ ਜਾਣੋ ਜਿੱਥੇ ਗਏ ਹੋ ਅਸੀਂ ਵੀ ਆਈ ਜਾਣੋ ਉਹ ਬੰਦੀ ਜਦਾ ਹੁਣ ਠੰਡੀ ਨਹੀਂ ਹੋਣ ਦੇਣੀ ਗਰਮ ਰੱਖਾਂਗੇ ਦੌਰ ਕੁਰਬਾਨੀਆਂ ਦੇ ਲਹਿਰ ਹੱਕਾਂ ਦੀ ਅੰਡੀ ਨਹੀਂ ਹੋਣ ਦੇਣੀ ਕਹਿੰਦੇ ਕਦੇ ਬਣਦੇ ਨੇ ਇਤਿਹਾਸ ਇਸ ਗੱਲੋਂ ਕਦੇ ਬਣਦੇ ਨਹੀਂ ਇਤਿਹਾਸ ਇਸ ਗੱਲੋਂ ਅਸੀਂ ਰਾਜਿਆਂ ਦੇ ਕਿੰਨੇ ਪੂਰ ਜੰਮੇ ਉਹ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਹੈ ਕਿਹੜੀ ਕੌਮ ਨੇ ਬੰਦੇ ਮਨਸੂਰ ਜੰਮੇ ਉਹ ਕੌਮ ਕਦੇ ਨਹੀਂ ਗੁਲਾਮ ਹੋ ਸਕਦੀ ਉਹ ਕੌਮ ਕਦੇ ਨਹੀਂ ਗੁਲਾਮ ਹੋ ਸਕਦੀ ਜਿਹਨੂੰ ਹੱਥ ਕੇ ਮਰਨ ਦਾ ਝੱਲ ਪੈ ਜਾਏ ਪਹਿਣਾ ਅੱਜ ਵੀ ਮੁੱਲ ਕੁਰਬਾਨੀਆਂ ਦਾ ਚਾਹੇ ਅੱਜ ਪੈ ਜਾਏ ਚਾਹੇ ਕੱਲ ਪੈ ਜਾਏ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਗੱਲ ਨਹੀਂ ਬਣਦੀ ਕੋਈ ਥੋੜ੍ਹਾ ਜਿਹਾ ਜਰਾ ਖਿੱਚ ਕੇ ਜਰਾ ਪੂਰੇ ਬਾਹਾਂ ਉੱਪਰ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸੰਘਰਸ਼ ਜਿੱਤ ਲੜਦੇ ਲੋਕਾਂ ਦੀ ਜੀ ਕੀ ਫਤਿਹ ਮੇਰੇ ਸਾਰੇ ਹੀ ਭੈਣ ਭਰਾ ਬੱਚੇ ਬਜ਼ੁਰਗ ਜਿੰਨੇ ਵੀ ਤੁਸੀਂ ਸਾਰੇ ਇੱਥੇ ਆਪਣਾ ਫਰਜ਼ ਸਮਝ ਕੇ ਇੱਥੇ ਪਹੁੰਚੇ ਹੋ ਤੁਹਾਡਾ ਸਾਰਿਆਂ ਦਾ ਇਸ ਸੰਘਰਸ਼ ਦੇ ਵਿੱਚ ਪਾਇਆ ਹੋਇਆ ਇਹ ਕਦਮ ਸਫਲ ਹੋਵੇ ਨਿਊਜ਼ੀਲੈਂਡ ਦੇ ਵਿੱਚੋਂ ਤੁਸੀਂ ਆਪਣੇ ਭਾਈਚਾਰੇ ਵੱਲੋਂ ਜਿਹੜੀ ਇਹ ਆਵਾਜ਼ ਤਕਰੀਬਨ ਜਦੋਂ ਦਾ ਸੰਘਰਸ਼ ਚੱਲਿਆ ਉਦੋਂ ਤੋਂ ਉਠਾਈ ਜਾ ਰਹੀ ਹੈ
बस साडे वालों आप सारयां नूं इक्को ही बेनती है कि कदे भी भड़काट विच नहीं, जिवें कि एक दो हफ्ते पहला भी वापरिया, तुसीं कोशिश ये करनी है कि तुहाडे इस संघर्ष नूं जो इंटरनेशनल तौर पर सपोर्ट मिल रही है उन्हें सुटने वास्ते बड़ी तरह दीयां कोशिशां भी होनी है। आपां किसी भी भड़काट दे विच नहीं आउणा, बजाए कि आपां उन्हें बाद दे विच ठरमे नाल सोच के उहदा जवाब किवें देना वो आप फैसला जिहड़ा वो अपने भाईचारे ने करना। छोटी जी गल दे उपर आप कदे भी एक दूसरे के उपर दूषणबाजी ना करिए। खास तौर पर न्यूजीलैंड दे विच वसदे सारे भाईचारे नूं बेनती है कि जिहड़े किसान उत्थे बैठे साडे नाल सियाणे आ, जिहड़े उत्थे लीडरशिप है वो साडे नाल सियाणी आ। असीं किसी नूं तगमे देण दी बजाए, किसी नूं गदार कहण दी बजाए, किसी नूं सर्टिफिकेट देण दी बजाए, सिर्फ एक चीज़ के उपर चाहे साडे किसी दे नाल विचार रलदे चाहे नहीं रलदे, तुसीं जिन्नी सपोर्ट अपने तौर पर कर सकते हो करो, ना कि आपां किसी नूं भी इत्थों बैठे कहीए कि आ सही है आ गलत है, क्योंकि वो सारे जिहड़े उत्थे साडे हक्कां दे वास्ते लड़ रहे वो किहड़े हालातां विच दी लंघदे आ उहनां नूं साडे नालों जिहड़ा वो ज़्यादा जिहड़ा पता हुंदा। इस कंट्री दे विच कोशिश करांगे आने वाले साडी तकरीबन तैयारी जिहड़ी आ लगभग असीं शुरू जिहड़ी कीती सी एक हफ्ते तों मुकम्मल हो चुकी है। जिन्नी भी एशियन लीडरशिप आ न्यूजीलैंड दे विच वसदी उहदे विच चाहे वह साडा हिंदू तबका होवे, चाहे वह मुसलमान तबका होवे, चाहे वक्ख वक्ख लीडरशिपां जिहड़ियां एशियन लीडरशिपां जिहड़ियां न्यूजीलैंड दे विच आ उहनां दा एक आने वाले दिनां दे विच उस ही जगह पर कॉन्फ्रेंस रखांगे जिस जगह के उपर तुसीं पिछले हफ्ते सोचते सी कि कोई साढ़े अगेंस्ट जिहड़ा वह जिहड़ा उत्थे करन जा रहे आ। असीं उहनां कोलों ही इन्हां फार्मरां दे हक दे विच उस दिन जिहड़ियां वह अपीलां करवावांगे, क्योंकि यह मुद्दा धर्मां दा नहीं, ये मुद्दा किसानों का। न्यूजीलैंड दे विच जिन्ना तुसीं योगदान पाया, मेरे ख्याल एक छोटी कंट्री ने जिन्ना तुसीं उत्थे योगदान पैसों के तौर के उपर लंगर के जिन्ना तुहाडा उत्थे गया शायद किसी होर ने इन्ना होर कंट्री तो पापूलेशन के हिसाब के नाल जिहड़ा वह इन्ना योगदान ना पिया होवे। इस योगदान नूं संभाल के किवें रखना, बस यही बेनती है कि छोटी जी गल दे उपर आपां कदे भी इदां नहीं भी चाहे निशान साहब या मेरे लागे वीर लैके निशान साहब खड़े से कितना प्राउड फील होंदा मराठे जिहड़े आ, राजपूत जिहड़े आ, सिख जिहड़े आ, क्योंकि देशां दे झंडे तिरंगे हो सकदे आ, कौमां हमेशा जिहड़ियां वो अपने निशान साहबां थल्ले लड़दियां। उहदे विच जदों एक संघर्ष दे विच हर कौम अपना निशान लैके जांदी आ उत्थे अपना उस जज्बे नाल जांदी आ। तुसीं अज भी आर्मी देख लो भारत सरकार लड़दी हो पर उन्हां दे वास्ते निशान साहब लैके जाना, उन्हां वास्ते महाराज का सरूप लैके जाना जिहड़ा अज भी उस आर्मी का प्रतीक होगा। इस करके प्राउड फील करो साडे केसरी झुल रहे आ। निशान साहब कौम दे विच्चों अगर तुसी जान कढ़नी होवे तां तुसी उहदे झंडे चों डंडा कढ़ लो तां झंडा कम्म दा नहीं रहिंदा। सो इस करके इह जिहड़े साडे निशान आ इहनां नूं जरूरी है इस संघर्ष दा हिस्सा बनाउणा वी। साडे कोल मजदूर एकता दे, साडे कोल किसानां दे झंडे, साडे कोल उस देश दे झंडे, साडे कोल उस देश दा झंडा जिहदे देश अहीं रहि रहे आ उह वी साडे सामणे जिहड़े आ उह हैगे आ। आपां झंडिआं दे खिलाफ जां आपां निशानां दे खिलाफ नहीं, इह लड़ाई तुहाडी बहुत लंबी आ। दुश्मन तुहाडा एडा कमीना जिन्हों जिहड़ा तुसीं अज तक सदियां दे विच भी तुहाडा जिहदे नाल वाह नहीं पिया। सो इस करके तुसीं बड़े सोच दे नाल इस संघर्ष दे विच अपने भैणां भरावां दा अखां मीट के साथ दिंदे रहो। न्यूजीलैंड तों तुहाडा दित्ता होया साथ जिहड़ा उहनां नूं उही मदद करेगा। तुहानूं सारयां नूं बेनती आ आपां आउण वाले दिनां दे विच वी छोटे छोटे सैक्शनां 'च वंड होण दी बजाए आपां कोशिश इही करिए इह साडी जिहड़ी इत्थों दी कम्यूनिटी आ उह सांझा रल के इस प्लेटफॉर्म नूं इसे तर्हां जिहड़ा उह जारी रखे। काफ़ी गुरु घर जिथे इस मसले के सांझे रूप के जोड़े कट्ठे हुए है उत्थे एक वड्डी जिहड़ी आने वाले वीक के जिहड़ी एशियन लीडरशिप वालों जिहड़ी वह भी ये एक वड्डी कामयाबी मिलेगी। सतगुरु पातशाह कृपा करन तुहाडा हर एक का पाया हुआ जिहड़ा योगदान है सफल होवे। साडे वीर भैण भरा जिहड़े बॉर्डर ते बैठे आ इस लड़ाई में जित के अपने घर च जाण तां कि किसान जिहड़ा वह चाहे हिंदू चाहे मुसलमान चाहे सिख आ जिन्हें भी रोटी खानी है वो चाहे किसानी नाल संबंधित हैगा जां नहीं हैगा
ਉਹਨੂੰ ਵੀ ਉਸ ਉਹਦੀ ਸਪੋਰਟ ਕਰਨ ਦੀ ਇਸ ਵੇਲੇ ਲੋੜ ਆ, ਨਹੀਂ ਤਾਂ ਤੁਹਾਨੂੰ ਅਕਿਰਤ ਘਣਤਾ ਜਿਹੜੀ ਆ ਉਹ ਉਹਨੂੰ ਕਿਰਤ ਘਣ ਕਿਹਾ ਜਾਂਦਾ ਜਿਹੜਾ ਬੈ ਖਾਣ ਵਾਲੇ ਨੂੰ ਵੀ ਜਿਹੜਾ ਧੰਨਵਾਦ ਨਾ ਕਰ ਸਕਦਾ ਹੋਵੇ। ਸੋ ਮੈਂ ਜਿੰਨੇ ਵੀ ਬਾਹਰਲੇ ਭਾਈਚਾਰਿਆਂ ਤੋਂ ਵੀ ਸਾਡੇ ਕੋਲ ਬੁਲਾਰੇ ਆਏ ਆ, ਸਾਡੇ ਆਪਣੇ ਬੁਲਾਰੇ ਵੀ ਆ, ਜਿਹੜੇ ਬਾਕੀ ਵੀ ਸਾਰੇ ਤੁਸੀਂ ਬੁਲਾਰੇ ਹੋ, ਕਿਉਂਕਿ ਜੇ ਪ੍ਰਬੰਧਕਾਂ ਨੂੰ ਕਈ ਵਾਰ ਬੜਾ ਮੁਸ਼ਕਲ ਇਹਦੇ ਵਿੱਚ ਆਉਂਦੀ ਹੈ ਸਾਰਿਆਂ ਨੂੰ ਟਾਈਮ ਦੇਣ ਦਾ, ਪਰ ਜਿੰਨੇ ਤੁਸੀਂ ਆਇਓ ਤੁਹਾਡੇ 'ਚ ਹਰ ਇੱਕ ਦਾ ਬਰੋਬਰ ਦਾ, ਜਿੰਨਾ ਮਿਰਚ ਦਰਦ ਆ ਉਹੀ ਤੁਹਾਡੇ ਵਿੱਚ ਦਰਦ ਆ, ਉਹ ਦਰਦ ਜਿਹੜਾ ਤੁਸੀਂ ਸਾਰੇ ਬਿਆਨ ਕਰਨ ਵਾਸਤੇ ਆਇਓ। ਇਹ ਲੜਾਈ ਸਾਡੀ ਕੋਈ ਮੇਲਿਆਂ ਦੀ ਨਹੀਂ, ਇਹ ਲੜਾਈ ਸਾਡੀ ਜਿਹੜੀ ਹੱਕਾਂ ਦੀ ਹੈ। ਸੋ ਆਏ ਸਾਰਿਆਂ ਦਾ ਬਹੁਤ ਧੰਨਵਾਦ। ਮੈਂ ਸਾਰਿਆਂ ਨੂੰ ਦੁਬਾਰਾ ਇੱਕ ਵਾਰ ਬਹੁਤ ਬਹੁਤ ਭਾਈਚਾਰੇ ਵੱਲੋਂ ਜਿਹੜੇ ਪ੍ਰਬੰਧਕਾਂ ਨੇ ਇਹ ਜਿਹੜਾ ਅੱਜ ਦਾ ਇਹ ਲੀਕਿਆ ਪ੍ਰੋਗਰਾਮ, ਉਹਨਾਂ ਨੂੰ ਧੰਨਵਾਦ ਕਰਦਾ। ਅਤੇ ਨਾਲ ਹੀ ਮੈਂ ਬੇਨਤੀ ਕਰਦਾ ਇਹ ਇਸੇ ਹੀ ਤਰ੍ਹਾਂ ਨਿਸ਼ਾਨਾਂ ਦੀ ਜਿਹੜੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਲਗਾਤਾਰ ਲੈ ਕੇ ਇਹ ਲੜਾਈ ਜਾਰੀ ਰੱਖਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਮਸਲਾ ਨਹੀਂ ਹੈਗਾ, ਕੋਈ ਬਿੱਲਾਂ ਦੇ ਵਿੱਚ ਜਾਣ ਦੀ ਲੋੜ ਨਹੀਂ। ਔਰ ਸਾਡੀ ਹੋਣ ਦੀ ਜਿਹੜੀ ਲੜਾਈ ਹੈ ਦੁਬਾਰਾ ਜਿਹੜਾ ਗਾ ਟਰੈਕ ਦੇ ਉੱਪਰ ਉਸੇ ਤਰ੍ਹਾਂ ਜਿਹੜਾ ਧਰਨਾ ਜਿਹੜਾ ਚੱਲ ਪਿਆ ਗਾ, ਕਿਉਂਕਿ ਇੱਕ ਵਾਰੀ ਜਿਹੜੇ ਬੱਦਲ ਛਾਏ ਸੀਗੇ ਉਹ ਛੱਡ ਗਏ ਨੇਗੇ। ਲੱਗਦਾ ਸੀ ਵੀ 26 ਤੋਂ ਬਾਅਦ ਕਿਤੇ ਸਾਡੇ ਜਿਹੜੇ ਨੇਗੇ ਅਰਮਾਨ ਟੁੱਟ ਨਾ ਜਾਣ, ਕਿਉਂਕਿ ਬਹੁਤ ਸਾਰੀਆਂ ਦੁਆਵਾਂ, ਬਹੁਤ ਸਾਰੇ ਜਿਹੜੇ ਲੋਕਾਂ ਦੀਆਂ ਅਰਦਾਸਾਂ ਕਾਮਨਾਵਾਂ ਇਸ ਸੰਘਰਸ਼ ਦੇ ਨਾਲ ਜੁੜੀਆਂ ਹੋਈਆਂ ਨੇਗੀਆਂ। ਇਹ ਸੰਘਰਸ਼ ਹੁਣ ਇਕੱਲਾ ਕਿਸਾਨਾਂ ਦਾ ਨਹੀਂ ਰਹਿ ਗਿਆ, ਇਹ ਲੋਕ ਸੰਘਰਸ਼ ਬਣ ਗਿਆ। ਸੋ ਸਾਰੀ ਦੁਨੀਆਂ ਦੇ ਵਿੱਚ ਗੱਲ ਹੋ ਰਹੀ ਆ, ਇੱਕ ਵਾਰੀ ਜ਼ੋਰਦਾਰੀ ਤਾੜੀ ਲਾ ਦਿਓ ਰਿਹਾਨਾ ਦੇ ਨਾਂ 'ਤੇ। ਇੱਕੋ ਲਾਈਨ ਦੇ ਵਿੱਚ ਕੁੜੀ ਨੇ ਨਾ ਅੱਤ ਕਰਾ ਦਿੱਤੀ। ਬਾਲੀਵੁੱਡ ਦੇ ਵਿੱਚ ਜਿਹੜੇ ਬੈਠੇ ਸੀ ਨਕਲੀ ਹੀਰੋ ਉਹ ਮਾਰੇ ਕੱਢ ਕੇ। ਇੱਕੋ ਮਿੰਟ ਦੇ ਵਿੱਚ ਹੁਕਮ ਗਿਆ ਉਹਨਾਂ ਦਾ ਕਿ ਚਾੜੇ ਟਵੀਟ, ਕਾਪੀ ਪੇਸਟ ਕਰੀਗੇ। ਇਹ ਨਹੀਂ ਦੇਖਿਆ ਕਿ ਇੱਕੋ ਟਵੀਟ ਕਿੱਦਾਂ ਹੈ, ਹੈ ਜਿਹਨਾਂ ਨੂੰ ਅਸੀਂ ਨਕਲੀ 2.5 ਕਿਲੋ ਦਾ ਹੱਥ ਜਿਹੜਾ ਆਪਾਂ ਕਹਿੰਦੇ ਸੀਗੇ, ਉਹ ਕਿਰਦਾਰ ਬਹੁਤ ਨੰਗੇ ਹੋ ਗਏ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਸੰਘਰਸ਼ ਨੇ ਨਾ ਕਿਰਦਾਰ ਨੰਗੇ ਕਰਤੇ, ਖਾਸ ਤੌਰ 'ਤੇ ਸਾਡੀ ਜਿਹੜੀ ਨੁਮਾਇਸ਼ ਆ ਪੰਜਾਬੀਆਂ ਦੀ, ਸਿੱਖਾਂ ਦੀ ਜਿਹੜੀ ਨੁਮਾਇਸ਼ ਆ ਨਾ ਉਹ ਦੁਨੀਆਂ ਨੇ ਦੇਖੀ ਆ। ਚਾਹੇ ਦਿੱਲੀ ਦੇ ਵਿੱਚ ਚਲੇ ਗਏ ਸੀ ਅਸੀਂ, ਪਰ ਕੋਈ ਨੁਕਸਾਨ ਨਹੀਂ ਕਰਕੇ ਉੱਥੇ, ਕਿਸੇ ਧੀ ਭੈਣ ਨੂੰ ਕਿਸੇ ਨੇ ਹੱਥ ਵੀ ਨਹੀਂ ਲਾਇਆ। ਸਾਡਾ ਜਦੋਂ ਸੰਘਰਸ਼ ਸਿੰਘੂ ਬਾਰਡਰ ਹੋਇਆ, ਟਿੱਕਰੀ ਬਾਰਡਰ ਹੋਇਆ, ਲੋਕਾਂ ਨੇ ਆਪਣੇ ਘਰ ਦਰਵਾਜ਼ੇ ਖੋਲ੍ਹਤੇ, ਲੋਕਾਂ ਦੀਆਂ ਧੀਆਂ ਭੈਣਾਂ ਸੇਫ ਫੀਲ ਹੋਣ ਲੱਗ ਗਈਆਂ, ਅਤੇ ਸਾਰੇ ਹੁਣ ਵੀ ਯਾਦ ਕਰਦੇ ਆ। ਆਹ ਮੈਂ ਪੋਸਟ ਸ਼ੇਅਰ ਕੀਤੀ ਸੀ, 75 ਬੱਚੇ ਉੱਥੇ ਪੜ੍ਹਨ ਆਉਂਦੇ ਆ ਸਿੰਘੂ ਬਾਰਡਰ ਦੇ ਉੱਪਰ, ਜਿਹੜੇ ਗਰੀਬਾਂ ਦੇ ਬੱਚੇ ਆ, ਉਹ ਕਹਿੰਦੇ ਦੀਦੀ ਸਾਨੂੰ ਛੱਡ ਕੇ ਨਾ ਚੱਲ ਜਿਓ, ਅਸੀਂ ਪੜ੍ਹਨਾ ਚਾਹੁੰਦੇ ਹਾਂ। ਸੋ ਇਸ ਕਰਕੇ ਸਾਡਾ ਇੱਕ ਕਿਰਦਾਰ ਬਹੁਤ ਵਧੀਆ ਹੋਇਆ। ਸੋ ਦੋ ਨਾਰੇ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਕੋਈ ਵੀ ਇਰਾਦਾ ਨਹੀਂ ਹੋਣੀ ਚਾਹੀਦਾ। ਮੈਨੂੰ ਮੋਟੇ ਤੌਰ 'ਤੇ ਇੱਦਾਂ ਲੱਗਦਾ ਵੀ ਖਾਸ ਤੌਰ 'ਤੇ ਜਿਹੜੇ ਅਸੀਂ ਪ੍ਰਦੇਸ਼ਾਂ 'ਚ ਆ ਗਏ, ਸਾਡਾ ਦਿਲ ਧੜਕਦਾ ਤਾਂ ਉੱਥੇ ਹੀ ਆ, ਕਿਉਂਕਿ ਜੇ ਸਾਡੇ ਤੋਂ ਖੇਤ ਹੀ ਖੋਲ੍ਹਿਆ, ਸਾਡੇ ਕੋਲ ਬੱਚਿਆ ਵੀ ਕੀ, ਬਾਪੂ ਦੀ ਵਿਰਾਸਤ ਜਿਹੜੀ ਹੈ ਉਹ ਸਾਰੀ ਸਾਡੀ ਮਿੱਟੀ ਨਾਲ ਜੁੜੀ ਹੋਈ ਹੈ। ਚਾਹੇ ਅਸੀਂ ਪ੍ਰਦੇਸ਼ਾਂ 'ਚ ਬੈਠੇ ਹਾਂ, ਅਗਲੀ ਪੀੜ੍ਹੀ ਨੂੰ ਦਿਖਾਉਣ ਦੇ ਲਈ ਸਾਡੇ ਕੋਲ ਬਚਣਾ ਕੱਖ ਨਹੀਂ। ਸੋ ਬੜਾ ਜ਼ਰੂਰੀ ਹੈ ਜਿੰਨੇ ਵੱਡੀ ਗਿਣਤੀ 'ਚ ਆਪਾਂ ਆਏ, ਖਾਸ ਤੌਰ 'ਤੇ ਜਿਹੜੇ ਆਲੇ ਦੁਆਲੇ ਮੈਂ ਹੁਣ ਦੇਖ ਰਿਹਾ ਫਲੈਗ, ਇਹਦੇ ਨਾਲ ਆਪਣੇ ਆਪ 'ਚ ਬਹੁਤ ਵੱਡਾ ਮੈਸੇਜ ਜਿਹੜਾ ਉਹ ਵਾਈਡਰ ਕਮਿਊਨਿਟੀ ਨੂੰ ਜਾਂਦਾ, ਅਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਾਂ ਵਾਈਡਰ ਕਮਿਊਨਿਟੀ ਵੀ ਇਹਦੇ 'ਚ ਨਾਲ ਜੋੜੀਏ। ਜਿਹੜਾ ਮੇਨ ਸਟ੍ਰੀਮ ਮੀਡੀਆ ਆ ਉੱਥੇ ਤੱਕ ਇਹ ਗੱਲ ਜਾਣੀ ਬਹੁਤ ਜ਼ਰੂਰੀ ਆ। ਠੀਕ ਆ, ਆਪਾਂ ਪੰਜਾਬੀ ਹਾਂ, ਆਪਾਂ ਭਾਰਤੀ ਲੋਕ ਹਾਂ, ਜੋ ਅਸੀਂ ਹੈਗੇ ਉੱਥੇ ਸਾਨੂੰ ਮਾਣ ਮਹਿਸੂਸ ਹੋਣਾ ਚਾਹੀਦਾ। ਜਿਹੜੇ ਜਿਹੜੇ ਭਾਸ਼ਾ ਸੱਭਿਆਚਾਰ ਜਾਂ ਝੰਡੇ ਦੀ ਅਗਵਾਈ ਦੇ ਹੇਠ ਅਸੀਂ ਇੱਥੇ ਆਏ ਹਾਂ, ਉਹਦੇ 'ਤੇ ਮਾਣ ਸਾਨੂੰ ਵਰਦੇ ਦਮ ਤੱਕ ਰਹਿਣਾ ਔਰ ਰਹਿਣਾ ਵੀ ਚਾਹੀਦਾ। ਦੂਜੀ ਗੱਲ ਇਹੀ ਹੈ ਜਿਹੜੀ ਮੈਂ ਪਹਿਲਾਂ ਜ਼ੋਰ ਦੇ ਕੇ ਕਹੀ ਆ ਵੀ ਸਾਡੇ ਵਿੱਚੋਂ ਕੋਈ ਵੀ ਜੇ ਕਿਸੇ ਨੂੰ ਕਿਸੇ 'ਤੇ ਕੋਈ ਸੰਸਾ ਆ ਜਾਂ ਸ਼ੱਕ ਆ, ਕਿਰਪਾ ਕਰਕੇ ਉਹਨੂੰ ਆਪਾਂ ਹਾਲ ਦੀ ਘੜੀ ਪਾਸੇ ਰੱਖ ਦਈਏ, ਏਕੇ ਦਾ ਦਿਖਾਵਾ ਕਰੀਏ। ਏਕਾ ਸਮੇਂ ਦੀ ਜ਼ਰੂਰਤ ਆ, ਵੱਡੀਆਂ ਵੱਡੀਆਂ ਸਰਕਾਰਾਂ ਨੂੰ ਵਕਤ ਪੈ ਜਾਂਦਾ ਜਦੋਂ ਏਕੇ ਅਤੇ ਇੱਕ ਸਾਰਤਾ ਦੇ ਨਾਲ ਅਸੀਂ ਕੰਮ ਲਵਾਂਗੇ। ਅਨੇਕਤਾ ਵਿੱਚ ਏਕਤਾ ਦਿਖਾਉਣ ਦੀ ਬਜਾਏ ਇੱਕ ਸਾਰਤਾ ਦਿਖਾਉਣੀ ਬਹੁਤ ਲਾਜ਼ਮੀ ਆ। ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਦੋਸਤੋ, ਮੇਰਾ ਨਾਮ ਉੱਤਮ ਸ਼ਰਮਾ ਹੈ ਔਰ ਮੈਂ ਚੰਡੀਗੜ੍ਹ ਸ਼ਹਿਰ ਮੇਂ ਪਲਾ ਬੜਾ ਹੂੰ ਔਰ ਯਹਾਂ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਮੇਂ ਪਿਛਲੇ 22 ਵਰਸ਼ੋਂ ਮੇਂ ਰਹਿਤਾ ਹੂੰ। ਆਜ ਮੈਂ ਆਪਕੇ ਸਮਕਸ਼ ਹਿੰਦੂ ਔਰ ਸਿੱਖ ਧਰਮ ਕੋ ਮਾਨਨੇ ਵਾਲੇ ਲੋਗੋਂ ਮੇਂ ਜੋ ਭਾਈਚਾਰਾ ਔਰ ਏਕਤਾ ਹੈ ਉਸਕੀ ਜੋ ਮਹੱਤਵਪੂਰਨਤਾ ਹੈ, ਇੰਪੋਰਟੈਂਸ ਹੈ ਕਿਸਾਨੀ ਅੰਦੋਲਨ ਕੇ ਲੀਏ, ਉਸਕੇ ਬਾਰੇ ਮੇਂ ਕੁਛ ਵਿਚਾਰ ਰੱਖਣੇ ਆਇਆ ਹੂੰ। ਦੋਸਤੋ, ਜੋ ਰਾਜਨੀਤੀ ਮੇਂ ਸਭਸੇ ਬੜਾ ਔਰ ਸਫਲ ਪ੍ਰਯੋਗ ਐਕਸਪੈਰੀਮੈਂਟ ਆਜ ਤੱਕ ਕਾ ਪੂਰੀ ਸਿਵਿਲਾਈਜੇਸ਼ਨ ਮੇਂ ਰਹਾ ਹੈ, ਵੋ ਹੈ ਬਟਵਾਰੇ ਕਾ, ਬਾਂਟੀਏ ਔਰ ਚਮਕੀਏ। ਬਾਂਟੀਏ ਕੈਸੇ, ਇੱਕ ਮੁੱਦਾ ਉਠਾਈਏ, 1947 ਮੇਂ
किसी मंदिर के सामने मरी हुई गौ रखिए और मस्जिद के आगे एक मरा हुआ सुअर रखिए, आपस में बांटिए, लड़ाइए, खून को उबालिए, उबलेगा तो बहेगा भी, जब बहेगा तो परिवारों का सर्वनाश होगा। राजनेता जाएंगे, देखा बहन, बोला था ना आपके पति को, अब आप मेरे पास आइए, मैं करूंगा आपका कल्याण, वोटे पक्की। ये प्रयोग बांटने का आज भी वही चल रहा है। मैं बड़े केयरफुली देख रहा हूं सारा आंदोलन, और कुछ हद तक ये लोग कामयाब भी हो रहे हैं, और इसीलिए ये संदेश बनता है कि हम इनके एक्सपेरिमेंट का बकरा मत बने। दोस्तों, दिल कर रहा था कि आते ही बोलू बोले सो निहाल और हर हर महादेव, बोल नहीं पाया क्योंकि दिल डर रहा था कि कहीं भोले सो निहाल से आकाश गूंजा और हर हर महादेव में विस्परिंग ही होगी और फिर वो बोलेंगे देखा ये हमारे हर हर महादेव की बेअदबी कर दी। मैं और भी बहुत विचार रखना चाहता हूं पर समय की थोड़ी पाबंदी है। तो हमें बचना कैसे है इस राजनीति के बंटवारे वाले प्रयोग से? सीधा सीधा जब हम जा रहे होते हैं तो अगर हमें कुछ नहीं चाहिए तो इसको इग्नोर करें। फेसबुक आज हर एक के हाथ में दूरदर्शन की तरह लोग लिए फिरते हैं इसको और बोलते हैं कि मैं जो कह रहा हूं वही सही है। इग्नोर इट, ब्लॉक कर दीजिए ऐसे लोगों को, चाहे वो भाड़े के हैं, चाहे वो मजा लेने के लिए बैठे हैं, उनका कोई धर्म नहीं है, ना वो हिंदू है, ना वो सिख है, ना मुसलमान है, वो सिर्फ मजा लेने वाला है, आपके क्लेश का मजा लेने वाला। पहला सॉल्यूशन है इग्नोर देम, ब्लॉक देम। दूसरा ये है जो आखिर में मैं कहना चाहूंगा कि बंटवारे की राजनीति को खत्म करने का, क्योंकि जो बैठे हैं वहां वो हमेशा खुद के धर्म में यही फैलाते हैं कि देखो ये खालिस्तान वाले, ये सिख, ये दूसरे धर्मों वाले, ये हमारे पीछे पड़े हैं। लेकिन जिस दिन किसानी मोर्चे से बोले सो निहाल के साथ हर हर महादेव बोलने वाले भी आपके साथ होंगे, उस दिन इनको कोई जवाब नहीं आएगा। थैंक यू। किसान मजदूर एकता, किसान मजदूर एकता। थैंक यू। वाहिगुरु जी का खालसा, वाहिगुरु जी की फतेह। Today we have gathered here in the support of our farmers, our land and our livelihood. We have come here to raise our voice for our farmers who are simply asking the government for a full repeal of new agricultural bills passed and simply to sit down and listen to them in the peaceful democratic way they pride themselves on. I want to briefly mention some of the laws which were passed with no consultation with farming unions, because in reality the media in India has given less voice and space for the farmers' concern of these laws in comparison to the pro-law columns. The common people who watches Godi media or even regular newspapers is genuinely left wondering what's wrong with these laws. So many debate that these farm laws give options. They give farmers more power, it suggests development, gives more autonomy and freedom for them to sell. However, it's really naive to think in that way, because we are living in a world where corporations are exploiting millions of people in third world countries. So what makes you think that corporations will show mercy on farmers in India? These people with supposedly high IQs sitting in their warm beds are naive to think that these corporations will deal fairly. And on top of that, the government has passed laws with gaps which don't protect the already vulnerable farmer. Some of the major issues with these farm bills are that the farmers can't even go to court. If a dispute occurs and an unfair price is given, the farmer has to go to the SDM, and if they don't like this decision, they have to go to the Joint Secretary of the central government. What kind of justice system is that? Swaminathan report suggests establishment of one nation, one market.
Why doesn't the government let the corporation come to the existing APMC markets and buy crops above MSP there? Let them take the license. Why do we need two mandis? These laws seem like more for private corporations than for farmers. And another big concern of farmers is the MSP, minimum support price, which should be guaranteed by the government, right? However, the government has again failed to make this a law. How would you feel to work with no security of minimum wage? I want to say shame on these people who think that these farmers are being funded, who think that they're not really farmers. Farmers can't survive on our land for that long. Who think these farmers are terrorists, traitors? How can you be so ignorant? Ignorant isn't even the word. Inhumane towards the people that work all year long to grow the food you eat. You couldn't even survive a day without them. 2 months in bitter cold, more than 200 plus deaths, and Modi couldn't even post a tweet about them and was more worried about the geo towers. Our farmers are sitting peacefully. They have made a mela-like mahal, made langar, fed the poor, cleaned the streets. They've poured life into this self-centered world. And to be honest, people have forgotten that humans like this exist. On the 26th Republic Day, when Nishan Sahib was hung below tricolor on an empty pole at Lal Qila, where no violence was instigated by farmers and no public property was destroyed, where no disrespect was given, why was this false narrative pushed and media propaganda displayed to quickly create a reaction that these protesters are anti-nationalists? Did they want to show these protesters riots to hide the police involvement and the countless human rights violations committed? Why did so many people suddenly start to care about their flag when the people that represent the same flag were on the streets for 2 months and they didn't give a damn? Government MPs were quick to say, shoot these people, genocide, repeat 1984, traitors. How can a national flag, which again, no disrespect was given to, be bigger than people and humanity? If your country is bigger than anything for you, we respect your worldview. Our Nishan Sahib is our inspiration. It provides safety and shelter and food for everyone, regardless of religion and caste. This Nishan Sahib and the value it reminds us is one of the biggest strengths that's kept this farmers' protest from going this long. So by putting Nishan Sahib on Lal Qila, where we have a deep history rooted, is no big deal.